ਅਸਲਾਮੁਅਲੈਕਮ ਵੈਲਕਮ ਬੈਕ ਟੂ ਮਾਈ ਚੈਨਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਮੰਡੇ ਦਾ ਦਿਨ ਆ 10 ਅਕਤੂਬਰ 2022 ਔਰ ਐਸ ਯੂਜੂਅਲ ਮੈਂ ਘਰੋਂ ਹੀ ਕੰਮ ਕਰ ਰਿਹਾ ਵਰਕਿੰਗ ਫਰਮ ਹੋਮ ਤੇ ਮਜ਼ੇ ਦੀ ਗੱਲ ਇਹ ਹੈ ਕਿ ਕੱਲ ਮੈਂ ਆਫਿਸ ਜਾਣਾ ਆ ਫਿਜ਼ੀਕਲੀ ਆਫਿਸ ਜਾਣਾ ਆ ਔਰ ਇਹ ਮੇਰਾ ਆਫਿਸ ਦੇ ਵਿੱਚ ਸਭ ਤੋਂ ਪਹਿਲਾ ਦਿਨ ਹੋਏਗਾ ਇਸ ਕੰਪਨੀ ਵਿੱਚ ਮੈਨੂੰ ਕੰਮ ਕਰਦੇ ਹੋਏ ਤਕਰੀਬਨ ਹੁਣ 10 ਮਹੀਨੇ ਹੋ ਗਏ ਮੈਂ ਜਨਵਰੀ ਸ਼ੁਰੂ ਕੀਤਾ ਸੀਗਾ ਤੇ ਹੁਣ ਅਕਤੂਬਰ ਚੱਲ ਰਿਹਾ ਤੇ ਅਕਤੂਬਰ ਦੇ ਵਿੱਚ 10 ਮਹੀਨਿਆਂ ਬਾਅਦ ਮੈਂ ਪਹਿਲੀ ਦਫਾ ਆਪਣੇ ਆਫਿਸ ਜਾ ਰਿਹਾ ਹਾਂ ਸਟ੍ਰੇਂਜ ਫੀਲ ਹੋ ਰਿਹਾ ਆ ਤੇ ਕੁਝ ਕੁਛ ਨਾਵੇਂ ਉਕਤਾਹੜ ਜਿਹੀ ਫੀਲ ਹੋ ਰਹੀ ਏ ਟੂ ਬੀ ਓਨੈਸਟ ਕਿਉਂਕਿ ਮੈਂ ਯੂਜ਼ ਟੂ ਹੋਇਆ ਹੋਇਆ ਘਰੋਂ ਕੰਮ ਕਰਨ ਵਾਸਤੇ ਔਰ ਇੰਨਾ ਅਰਸਾ ਹੋ ਗਿਆ ਕੰਮ ਤੇ ਗਿਆ ਹੀ ਨਹੀਂ ਹੈਗਾ ਜਿਹੜੇ ਨਵੇਂ ਕੋਲੀਗ ਨੇ ਨਵੀਂ ਔਰ ਨਵਾਂ ਆਫਿਸ ਆ ਉਹ ਪਤਾ ਨਹੀਂ ਕਿ ਐ ਕਿਹੋ ਜਿਹਾ ਕਿੱਥੇ ਆ ਇਹ ਤਾਂ ਪਤਾ ਆ ਲੇਕਿਨ ਕਿਹੋ ਜਿਹਾ ਕੋਲੀਗਸ ਕੈਸੇ ਨੇ ਉਨ ਦਾ ਅੰਦਰ ਦਾ ਸਿਸਟਮ এনवायरमेंट ਕਿਹਸਾ ਆ ਉਹ ਹੁਣ ਬਿਲਕੁਲ ਨਵਾਂ ਹੋਣਾ ਮੇਰੇ ਵਾਸਤੇ ਹਾਲਾਂਕਿ ਮੈਂ ਹੁਣ ਇਸ ਕੰਪਨੀ ਚ ਕੰਮ ਕਰਦੇ ਹੋਏ ਮੈਨੂੰ 10 ਮਹੀਨੇ ਹੋ ਗਏ ਨੇ ਲੇਕਿਨ ਕੱਲ ਜਦੋਂ ਮੈਂ ਜਾਣਾ ਆ ਤੇ एवरीथिंग ਗੈਣਾ ਫੀਲ ਵੈਰੀ ਨਿਊ ਤੇ ਰੂਟੀਨ ਦੇ ਵਿੱਚ ਜਨਾਬ ਮੈਂ ਜਦ ਮੈਂ ਕੰਮ ਸ਼ੁਰੂ ਕੀਤਾ ਹੈ ਕੁਝ ਚੀਜ਼ਾਂ ਸੀਗੇ ਡਿਲੀਵਰ ਕਰਨ ਵਾਲੀਆਂ ਉਹ ਮੈਂ ਕਰਤੀਆਂ ਨੇ ਕਾਫੀ ਕੰਮ ਕਰ ਲਿਆ ਹੁਣ ਮੇਰਾ ਦਿਲ ਕਰ ਰਿਹਾ ਕਿ ਕਾਫੀ ਪੀਣੀ ਚਾਹੀਦੀ ਹੈ ਕਾਫੀ ਜਿਹੜੀ ਹੈ ਨਾ ਮੈਂ ਉਹ ਜਿਹੜਾ ਨੈਸਟ ਕੈਫੇ ਨਹੀਂ ਹੁੰਦੀ ਨਾ ਬੋਤਲਾਂ ਚਮਚਾ ਭਰਿਆ ਵਿੱਚ ਪਾਇਆ ਤੇ ਕਾਫੀ ਪਾਣੀ ਪਾਤਾ ਤੇ ਕਾਫੀ ਰੈਡੀ ਉਵੇਂ ਬੰਦ ਕਰਤੀ ਹੋਈ ਹੈ ਹੁਣ ਮੈਂ ਬੀਨਸ ਲੈ ਕੇ ਆਉਣਾ ਬੀਨਸ ਨੂੰ ਮੈਂ ਘਰ ਆ ਕੇ ਆਪ ਗ੍ਰਾਈਂਡ ਕਰਦਾ ਔਰ ਫੇਨਾ ਇੱਕ ਹੁੰਦਾ ਆ ਫ੍ਰੈਂਚ ਪ੍ਰੈਸਰ ਨੂੰ ਕਹਿੰਦੇ ਉਹ ਤੁਹਾਨੂੰ ਦਿਖਾਉਣਾ ਉਹਦੇ ਚ ਪਾ ਕੇ ਨਾ ਮੈਂ ਕਾਫੀ ਬਣਾਉਣਾ ਤੇ ਚਲੋ ਹੁਣ ਨਵੇਂ ਸਟਾਈਲ ਦੀ ਕਾਫੀ ਬਣਾਉਨੇ ਆ ਇੰਜੋਏ ਕਰਾਂਗੇ ਜਦੋਂ ਹਰ ਸਰਵਿਸ ਹਰ ਫੈਸਿਲਿਟੀ ਹਰ ਚੀਜ਼ ਆਨਲਾਈਨ ਤੇ ਮੂਵ ਹੋਈ ਜਾ ਰਹੀ ਹੈ ਲਾਈਕ ਬੈਂਕਿੰਗ ਹੋ ਗਈ ਸ਼ਾਪਿੰਗ ਹੋ ਗਈ ਹੋ ਸਾਰੀਆਂ ਚੀਜ਼ਾਂ ਹੋ ਗਈਆਂ ਉਦੋਂ ਉਦੋਂ ਨਾ ਜਿਹੜੇ ਫਰਾੜੀਏ ਹੁੰਦੇ ਆ ਫਰੋਡਸ ਫਰਾਡਸਟਰਸ ਹੁੰਦੇ ਆ ਉਹਨਾਂ ਵਾਸਤੇ ਵੀ ਨਾ ਇੱਕ ਓਪਰਚ्युनिटीज ਕ੍ਰੀਏਟ ਹੁੰਦੀ ਰਹਿੰਦੀ ਆ ਜਿਹਦੇ ਨਾਲ ਨਾ ਉਹ ਆਪਣਾ ਫਰਾਡ ਚਰਾੜ ਵਾਲਾ ਧੰਦਾ ਜਾਰੀ ਰੱਖ ਸਕਣ ਮਿਸਾਲ ਦੇ ਤੌਰ ਤੇ ਕੁਝ ਐਸੇ ਫਰੌਡਸ ਨੇ ਜਿਹੜੇ ਕਿ ਬਹੁਤ ਆਮ ਨੇ ਉਹ ਤੁਹਾਨੂੰ ਫੋਨ ਆਉਂਦਾ ਹੈ ਤੁਹਾਨੂੰ ਕਹਿੰਣਗੇ ਕਿ ਤੁਸੀਂ ਆਪਣੀ SIM ਕੱਢ ਕੇ ਵੇਖੋ ਚ ਫਲਾਣਾ ਨੰਬਰ ਲਿਖਿਆ ਹੋਏਗਾ ਤੁਸੀਂ ਕੱਢ ਕੇ ਵੇਨੇ ਹੋ ਤੇ ਉਹੀ ਨੰਬਰ ਲਿਖਿਆ ਹੁੰਦਾ ਤੇ ਫਿਰ ਉਹ ਤੁਹਾਨੂੰ ਫੋਨ ਕਰਦੇ ਆ ਜੀ ਤੁਸੀਂ ਇੰਜ ਕਰੋ ਤੁਹਾਡਾ ਨਾਮ ਨਿਕਲ ਆਇਆ ਬੰਪਰ ਪ੍ਰਾਈਜ਼ ਨਿਕਲ ਆਇਆ ਤੁਸੀਂ ਬਸ ਐਡਮਿਨ ਫੀਸ ਜਮ੍ਹਾਂ ਕਰਾਓ ਜਾ ਕੇ ਫਲਾਣੇ ਬੈਂਕ ਚ ਆ ਅਕਾਊਂਟ ਨੰਬਰ ਤੁਸੀਂ ਖੁਸ਼ ਖੁਸ਼ ਜਮ੍ਹਾਂ ਕਰਾ ਦਿੰਦੇ ਹੋ ਪਤਾ ਲੱਗਦਾ ਜੀ ਬਾਅਦ ਚ ਮੁੜ ਕੇ ਫੋਨ ਨਹੀਂ ਆਉਂਦਾ ਇਹ ਕੀ ਆ ਫੇਰਾ ਕੰਟਰੈਕਟ ਦੇ ਫੋਨ ਫੋਨ ਦਾ ਫੋਨ ਆ ਕੰਟਰੈਕਟ ਦੇ ਫੋਨਾਂ ਵਾਸਤੇ ਆ ਜਾਂਦੀ ਹੈ ਕਾਲ ਕਿ ਜੀ ਤੁਹਾਨੂੰ ਅਸੀਂ ਕੰਟਰੈਕਟ ਦਿੰਨੇ ਆ ਫਲਾਣਾ ਵਧੀਆ ਫੋਨ ਆ ਆਈਫੋਨ 14 ਜਾਂ ਸੈਮਸੰਗ ਦਾ ਅਲਟਰਾ S21 ਜਾਂ 22 uh, V ਪਰ ਦੇ ਵਿੱਚ ਜਾਂ 10 ਪੌਂਡ ਦੇ ਵਿੱਚ ਮਤਲਬ ਪ੍ਰਾਈਸ ਐਸੀ ਹੁੰਦੀ ਆ ਕਿ ਟੂ ਗੁੱਡ ਟੂ ਰੋ ਹੁੰਦੀ ਆ ਲੇਕਿਨ ਜਿਹੜੇ ਵਿਚਾਰੇ ਲੋਕ ਸਿੱਧੇ ਸਾਦੇ ਹੁੰਦੇ ਆ ਭੋਲੇ ਹੁੰਦੇ ਆ ਉਹਨਾਂ ਦੇ ਗੱਲਾਂ ਚ ਆ ਜਾਂਦੇ ਆ ਕੰਟਰੈਕਟ ਸਾਈਨ ਕਰ ਲੈਂਦੇ ਆ ਇਨੀਸ਼ੀਅਲ ਪੇਮੈਂਟਸ ਵਾਰ ਕਰ ਦਿੰਦੇ ਆ ਤੇ ਫੇਰ ਫਸ ਜਾਂਦੇ ਆ ਇਦਾਂ ਦੀਆਂ ਨਾ ਮਤਲਬ ਮੈਂ ਕਾਫੀ ਸਾਰੀਆਂ ਮੇਰੇ ਕੋਲ ਸਟੋਰੀਆਂ ਨੇ ਜਿਹੜੇ ਕੁਝ ਵਾਕਿਆਤ ਮੇਰੇ ਨਾਲ ਪੇਸ਼ ਆਏ ਨੇ ਯਾ ਮਤਲਬ ਮੇਰੇ ਜਨਰਲ ਲੋਕਾਂ ਦੇ ਨਾਲ ਵਾਕਿਆਤ ਹੈ ਜੇ ਪੇਸ਼ ਆਏ ਨੇ ਉਹ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਅੱਜ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਾਂਗਾ ਜਿਹੜੀ ਮੇਰੇ ਨਾਲ ਵਾਕਿਆ ਪੇਸ਼ ਆਇਆ ਸੀ ਜਦੋਂ ਮੈਂ ਨਵਾਂ ਨਵਾਂ ਇਥੇ ਯੂਕੇ ਦੇ ਵਿੱਚ ਆਇਆ ਸੀਗਾ ਅੱਛਾ ਜੀ ਕਹਾਣੀ ਕੁਸ਼ੈਦਾਂ ਸ਼ੁਰੂ ਹੁੰਦੀ ਹੈ ਕਿ ਜਦੋਂ ਮੈਂ ਨਵਾਂ ਨਵਾਂ ਆਇਆ ਨਾ ਯੂਕੇ ਦੇ ਵਿੱਚ 2008 ਦੀ ਗੱਲ ਆ ਤੇ ਜ਼ਾਹਰ ਹੈ ਜਦੋਂ ਬੰਦਾ ਨਵਾਂ ਕਿਸੇ ਦੂਸਰੇ ਮੁਲਕ ਚੋਂ ਆਉਂਦਾ ਆ ਇੱਕ ਅੱਛੀ ਲਾਈਫ ਦੀ ਖੁਆਇਸ਼ ਲੈ ਕੇ ਤੇ ਆਬਵੀਅਸਲੀ ਉਹਨਾਂ ਦਾ ਪਹਿਲਾ ਕੰਮ ਇਹ ਹੁੰਦਾ ਆ ਕਿ ਜਨਾਬ ਨੌਕਰੀ ਲੱਭੀਏ ਜਿਹੜਾ ਉਹਨੇ ਕੰਮ ਕਰਨਾ ਹੁੰਦਾ ਐਜੂਕੇਸ਼ਨ ਵਗੈਰਾ ਉਹਦੋਂ ਤੇ ਸਿਲਸਿਲੇ ਤਕਰੀਬਨ ਪਾਕਿਸਤਾਨ ਤੋਂ ਸੈਟਲ ਹੋਏ ਹੁੰਦੇ ਨੇ ਇੱਥੇ ਆ ਕੇ ਜਿਹੜਾ ਕੰਮ ਕਰਨਾ ਹੁੰਦਾ ਨਾ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਜ਼ਰੂਰੀ ਉਹ ਹੁੰਦਾ ਕਿ ਨੌਕਰੀ ਲੱਭੀਏ ਤੇ ਮੈਂ ਵੀ ਨਾ ਨੌਕਰੀ ਲੱਭਣੀ ਸ਼ੁਰੂ ਕਰਤੀ ਤੇ ਜਿੱਦਾਂ ਜਿੱਦਾਂ ਮੈਨੂੰ ਮਤਲਬ ਨੋ ਹਾਉ ਹੁੰਦੀ ਗਈ ਕਿ ਇੱਥੇ ਨੌਕਰੀ ਕਿੱਦਾਂ ਲੱਭੀਦੀ ਐ ਇੰਟਰਨੈਟ ਤੇ ਜਾਣਾ ਜੌਬ ਸੈਂਟਰ ਪਲੱਸ ਜਾਣਾ ਜਿਹੜਾ ਵੀ ਮੈਨੂੰ ਕੋਈ ਸੋਰਸ ਪਲੇਟਫਾਰਮ ਮਿਲਦਾ ਸੀਗਾ ਕਿ ਜਿੱਥੇ ਜੌਬਸ ਅਵੇਲੇਬਲ ਹੁੰਦੀਆਂ ਨੇ ਮੈਂ ਉੱਥੇ ਜਾਣਾ ਉੱਥੇ ਜਾ ਕੇ ਅਪਲਾਈ ਕਰਨਾ 올ਡਮ ਜੇ ਜਿਹੜੇ ਕੋਈ ਮੈਨੂੰ ਕੋ ਪਲੇਟਫਾਰਮ ਮੈਨੂੰ ਦੱਸੇ ਗਏ ਮੈਨੂੰ ਪਤਾ ਲੱਗਿਆ ਮੈਂ ਉੱਥੋਂ ਹੀ ਨਾਬ ਜਾ ਕੇ ਨੌਕਰੀ ਵਾਸਤੇ ਅਪਲਾਈ ਕਰਨਾ ਤੇ ਅੱਲਾ ਦੀ ਕਰਨੀ ਇਹ ਹੋਈ ਕਿ ਨਾਬ ਇਵੈਂਚੁਅਲੀ ਮੈਨੂੰ ਇੱਕ ਜਗ੍ਹਾ ਤੋਂ ਨਾ ਈਮੇਲ ਆਈ ਕਿ ਜੀ ਤੇਰੀ ਸਾਨੂੰ ਜੌਬ ਐਪਲੀਕੇਸ਼ਨ ਰੀਸੀਵ ਹੋਈ ਹੈ ਔਰ ਅਸੀਂ ਤੁਹਾਨੂੰ ਜੌਬ ਆਫਰ ਕਰਨਾ ਚਾਹੁੰਦੇ ਹਾਂ ਤੇ ਤੂੰ ਨਾ ਸਾਨੂੰ ਉਪ ਮਦਰਜਾ ਜ਼ੈਲ ਇਨਫੋਰਮੇਸ਼ਨ ਪੇਜ ਮਤਲਬ ਉਹਨਾਂ ਨੇ ਕੋਈ ਲਿਸਟ ਡਾਊਨ ਕੀਤੀਆਂ ਕਾਫੀ ਸਰੀ ਚੀਜ਼ਾਂ ਲਾਈਕ ਨੇਮ ਡੇਟ ਆਫ ਬਰਥ ਫਲਾ ਫਲਾ ਰੈਂਦਾ ਕਿੱਥੇ ਆਂ ਦਿਸ ਐਂਡ 댓 ਇਹ ਮੈਂ ਸਮਝਦਾ ਕਿ ਮੇਰੀ ਪਹਿਲੀ ਗਲਤੀ ਸੀ ਕਿ ਮੈਂ ਨਾ ਉਹ ਇਨਫੋਰਮੇਸ਼ਨ ਉਹਨਾਂ ਨੂੰ ਭੇਜੀ। ਆਈ ਥਿੰਕ ਉਸ ਇਨਫੋਰਮੇਸ਼ਨ ਭੇਜਨ ਨਾਲ ਨੁਕਸਾਨ ਕੋਈ ਨਹੀਂ ਹੋਇਆ ਕਿਉਂਕਿ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਇੰਟੈਂਸ਼ਨ ਸੀ ਨਾ ਜਿਸ ਕਿਸਮ ਦਾ ਫਰਾਡ ਉਹਨਾਂ ਨੇ ਕਰਨਾ ਸੀਗਾ ਉਹ ਹੋ ਸੀਗਾ। ਇਸ ਕਿਸਮ ਦੀ ਇਨਫੋਰਮੇਸ਼ਨ ਨੂੰ ਚੋਰੀ ਕਰਕੇ ਫਰਾਡ ਕਰਨਾ ਸ਼ਾਇਦ ਉਹਨਾਂ ਦਾ ਡੋਮੇਨ ਨਹੀਂ ਸੀ ਆਇਆ। ਉਹਨਾਂ ਨੇ ਨਾਮੇ ਤੋਂ ਇਨਫੋਰਮੇਸ਼ਨ ਮੰਗੀ ਜਸਟ ਟੂ ਲੁੱਕ ਕਿ ਇਹ ਨਾ ਬਹੁਤ ਲੈਜੀਟਿਮੇਟ ਕੰਪਨੀ ਆ। ਤੇ ਮੈਂ ਇਨਫੋਰਮੇਸ਼ਨ ਭੇਜੀ ਤੀ ਲੇਕਿਨ ਜਦੋਂ ਮੈਂ ਇਨਫੋਰਮੇਸ਼ਨ ਭੇਜੀ ਨਾ ਭੇਜਿਆ ਤਾਂ ਬਾਅਦ ਮੈਨੂੰ ਖਟਕਿਆ ਹਲਕਾ ਜਿਹਾ ਕਿ ਯਾਰ ਜਦੋਂ ਕਿਸੇ ਕੰਪਨੀ ਨਾਲ ਤੁਹਾਨੂੰ ਆਉਂਦੀ ਹੈ ਨਾ ਈਮੇਲ ਵਗੈਰਾ ਤੇ ਈਮੇਲ ਬੇਸਿਕਲੀ ਉਸ ਕੰਪਨੀ ਦੇ ਈਮੇਲ ਐਡਰੈਸ ਤੋਂ ਆਉਂਦੀ ਆ। ਮਿਸਾਲ ਦੇ ਤੌਰ ਤੇ ਮੇਰਾ ਨਾਮ ਅਗਰ ਮੁਜ਼ੱਫਰ ਤੇਜਾ ਹੈ ਨਾ ਮੈਂ ਕਿਸੇ ਬੈਂਕ ਵਾਸਤੇ ਕੰਮ ਕਰਦਾ ਸਪੋਜ਼ ਕਹਿ ਲਓ ਸਿਟੀ ਬੈਂਕ ਵਾਸਤੇ ਕੰਮ ਕਰਦਾ। ਤੇ ਮੇਰਾ ਜਿਹੜਾ ਈਮੇਲ ਐਡਰੈਸ ਹੋਏਗਾ ਨਾ ਉਹ ਹੋਏਗਾ muzaffar.nasser@citygroup.com ਜਾਂ citybank.com ਤੇ ਮੈਂ ਜਦੋਂ ਪਾਕਿਸਤਾਨ ਹੁੰਦਾ ਸੀਗਾ ਪਾਕਿਸਤਾਨ ਦੇ ਵਿੱਚ ਮੈਂ ਇੱਕ ਬੈਂਕ 'ਚ ਕੰਮ ਕਰਦਾ ਸੀਗਾ ਤੇ ਪਾਕਿਸਤਾਨ ਚ ਮੇਰਾ ਹੀ ਮੈਲ ਐਡਰੈਸ ਹੁੰਦਾ ਸੀ ਕਿ ਮੁਜ਼ਫਰ.ਨਾਸਰ@ksb.com ksb ਬੈਂਕ ਹੁੰਦਾ ਸੀ ਉਹ kasb ਬੈਂਕ ਤੇ ਜਦੋਂ ਮੈਂ ਇਨਫੋਰਮੇਸ਼ਨ ਪੇਜਤੀ ਉਹਦੇ ਮੇਰੇ ਦਿਲ ਚ ਖਟ ਗਿਆ ਮੈਂ ਕਿਹਾ ਯਾਰ ਇਹ ਕਲੇਮ ਕਰ ਰਹੇ ਨੇ ਕਿ ਡੇਵੋ ਇਲੈਕਟ੍ਰੋਨਿਕਸ ਕੰਪਨੀ ਆ ਜਿਹਦੇ ਨਾਲੇ ਕੰਮ ਕਰਦੇ ਨੇ ਜਿਹਦੀ ਤਰਫੋਂ ਮੈਨੂੰ ਈਮੇਲ ਆਈ ਆ ਔਰ ਈਮੇਲ ਆਈ ਆ devoelectronics@hotmail.com ਤੋਂ ਆ ਨਾ ਪਹਿਲਾ ਪੁਆਇੰਟ ਸੀਗਾ ਮੇਰੇ ਦਿਲ ਚ ਖਟ ਗਿਆ ਮੈਂ ਕਿਹਾ devoelectronics ਐਡੀ ਵੱਡੀ ਕੰਪਨੀ ਔਰ ਉਹਨਾਂ ਨੇ হটਮੇਲ ਤੇ ਆਪਣਾ ਅਕਾਊਂਟ ਬਣਾਇਆ ਹੋਇਆ ਬਰਹਾਲ ਲੇਕਿਨ ਜਦੋਂ ਬੰਦਾ ਜ਼ਰੂਰਤ 'ਚ ਹੁੰਦਾ ਬੰਦੇ ਦੀ ਖਾਹਸ਼ ਹੁੰਦੀ ਹੈ ਕਿ ਨੌਕਰੀ ਲੱਭ ਜਵੇ ਬੰਦਾ ਕਹਿੰਦਾ ਚੱਲ ਯਾਰ ਸ਼ਾਇਦ ਉਹਨਾਂ ਕੋ ਨਾਂ ਬਚੀ ਹੋਵੇ ਜਗਾ ਉਹਨਾਂ ਦੇ ਆਪਣੇ ਐਕਸਚੇਂਜ ਸਰਵਰ ਤੇ ਜਿਹੜਾ ਉਹਨਾਂ ਨੇ হটਮੇਲ ਤੇ ਅਕਾਊਂਟ ਬਣਾ ਲਿਆ ਉਮੀਦ ਹੁੰਦੀ ਹੈ ਨਾ ਬੰਦੇ ਨੂੰ ਦੂਪ ਤੇ ਕੋਤਨੀਂ ਕਿ ਕਸਹਾਰਾ ਤੇ ਮੈਂ ਜਨਾਬ ਇਨਫੋਰਮੇਸ਼ਨ ਭੇਜੀ ਤੀ ਕੁਝ ਦਿਨਾਂ ਬਾਅਦ ਉਹਨਾਂ ਦੀ ਈਮੇਲ ਆਈ ਕਿ ਜੀ ਉਹਨਾਂ ਨੇ ਮੈਨੂੰ ਐਕਸਪਲੇਨ ਕੀਤਾ ਕਿ ਜੌਬ ਕੀ ਉਹਨਾਂ ਨੇ ਕਿਹਾ ਚੱਲੋ ਅਸੀਂ ਆਪਣਾ ਨਾ ਇਸ ਰੀਤੀ ਦੇ ਵਿੱਚ ਕਲੈਕਟਰ ਦੇ ਤੌਰ ਤੇ ਤੁਹਾਨੂੰ ਅਪਾਇੰਟ ਕੀਤਾ ਆ ਤੇ ਤੇਰੀ ਜੌਬ ਇਹ ਆ ਜਿਹੜੇ ਸਾਡੇ ਕਸਟਮਰ ਨੇ ਨਾ ਇਸ ਏਰੀਆ ਦੇ ਵਿੱਚ ਉਹ ਪੇਮੈਂਟਸ ਭੇਜਿਆ ਕਰਨਗੇ ਤੈਨੂੰ ਤੇ ਤੂੰ ਸਾਡੇ ਨਿਊਯਾਰਕ ਦੇ ਹੈੱਡ ਆਫਿਸ ਦੇ ਵਿੱਚ ਭੇਜਿਆ ਕਰਨੀ ਆ ਮੈਂ ਕਿਹਾ ਯਾਰ ਕਵਾਇਟ ਸਿੰਪਲ ਆਸਾਨ ਜੌਬ ਹੈ ਤਾਂ ਗੱਲ ਹੀ ਕੋਈ ਨਹੀਂ ਇਹ ਮੈਨੂੰ ਪੈਸੇ ਭੇਜਣ मतलब ਇੱਥੇ ਦੇ ਜਿਹੜਾ ਉਹਦੇ ਕਸਟਮਰ ਨੇ ਉਹ ਮੈਨੂੰ ਭੇਜਣ ਦੇਣਗੇ ਪੈਸੇ ਤੇ ਮੈਂ ਉਹਨਾਂ ਦੇ ਅਕਾਊਂਟ 'ਚ ਮੈਂ ਕਰਾ ਦਿਆਂਗਾ ਹਾਉ ਸਿੰਪਲ ਤੇ ਐਗਰੀ ਹੋਇਆ ਜੀ ਪਤਾ ਨਹੀਂ ਕਿ ਪਤਾ ਨਹੀਂ ਕਿੰਨੀ ਤਨਖਾਹ 2000 3000 ਪਾਉਂਡ ਮਹੀਨੇ ਨਰਖਾ ਤੇ ਦਿਨਾਂ ਬਾਅਦ ਇਹ ਹੋਇਆ ਕਿ ਜਦੋਂ ਉਹਨਾਂ ਨੇ ਮੈਨੂੰ ਜੌਬ ਐਕਸਪਲੇਨ ਕਰਤੀ ਨਾ ਕਿ ਆਹ ਤੇਰੀ ਜੌਬ ਆ ਤੇ ਕੁਝ ਦਿਨਾਂ ਤੋਂ ਬਾਅਦ ਮੈਨੂੰ ਨਾ ਮੇਰੇ ਘਰ ਦੇ ਐਡਰੈਸ ਤੇ ਇੱਕ ਚੈੱਕ ਵਸੂਲ ਹੋਇਆ ਐਚ ਐਸ ਬੀ ਸੀ ਬੈਂਕ ਦਾ ਚੈੱਕ 3000 ਪਾਉਂਡ ਦਾ ਚੈੱਕ ਵਜਨਾਲ ਔਰ ਪ੍ਰੋਪਰ ਚੈੱਕ ਜਿਦਾਂ ਹੁੰਦੇ ਆ ਨਾਰਮਲ ਚੈੱਕ ਥੱਲੇ ਸਾਈਨ ਸ਼ਾਈਨ ਹੋਏ ਹੋਏ ਕਿਸੇ ਕੰਪਨੀ ਦਾ ਹੋ ਚੈੱਕ ਔਰ ਡੇਟ ਪਈ ਹੋਈ ਪ੍ਰੋਪਰ ਲੈਜੀਟਿਮੇਟ ਚੈੱਕ ਜਨਾਬ ਬਿਹਤਰੀਨ ਜਿਉਂ ਚੈੱਕ ਆਇਆ ਚੈੱਕ ਮੈਂ ਖੋਲਿਆ ਹੁਣ ਦਿਖੋਲ ਕੇ ਹੁਣ ਮੈਂ ਸੋਚੀ ਪਿਆ ਗਿਆ ਮੈਂ ਕਿ ਯਾਰ ਹੁਣ ਇਹਨੂੰ ਮਤਲਬ ਕਿੱਦਾਂ ਕੈਸ਼ ਕਿੱਦਾਂ ਕਰਾਉਣਾ ਹੈ ਤੇ ਉਸੇ ਦਿਨ ਹੀ ਉਸ ਤੋਂ ਅਗਲੇ ਦਿਨ ਈਮੇਲ ਆ ਗਿਆ ਜੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਹੈ ਕਿ ਸਾਡੇ ਫਲਾਣ ਕਸਟਮਰ ਨੇ ਨਾ ਤੇ ਪੇਮੈਂਟ ਭੇਜਤੀ ਹੈ ਤੇਰਾ ਇੱਕ ਐਡਰੈਸ ਤੇ ਤੇ ਤੂੰ ਨਾ ਮਿਹਰਬਾਨੀ ਕਰਕੇ ਇਹ ਚੈੱਕ ਆਪਣੇ ਬੈਂਕ ਅਕਾਊਂਟ ਜਮ੍ਹਾਂ ਕਰਾ ਤੇ ਜਿਦੋਂ ਤੇਰੇ ਬੈਂਕ ਅਕਾਊਂਟ 'ਚ ਪੈਸੇ ਆ ਜਾਣ ਚੈੱਕ ਕੈਸ਼ ਹੋ ਜਾਵੇ ਉਦੋਂ ਇਹਦੇ 'ਚੋਂ 1500 ਪਾਉਂਡ ਤੂੰ ਭੇਜ ਦੇਈਂ ਫਿਲੀਪੀਨ ਦੇ ਵਿੱਚ ਫਲਾ ਫਲਾ ਬੰਦੇ ਨੂੰ ਥੱਲੇ ਪੂਰੀ ਡਿਟੇਲ ਦਿੱਤੀ ਹੋਈ ਕਿ ਮਿਸਟਰ ਫਲਾ ਫਲਾ ਤੇ ਫਿਲੀਪੀਨ ਦੇ ਵਿੱਚ ਤੇ ਐਨਪੀਐਸੇ ਭੇਜਦੀ ਫਲਾ ਬੰਦੇ ਨੂੰ ਔਰ ਬਾਕੀ ਪੈਸੇ ਤੇਰੇ ਮੈਂ ਨਾ ਮਤਲਬ ਉਦੋਂ ਖਟਕੀ ਮੇਰੇ ਜ਼ਿਹਨ 'ਚ ਮੈਂ ਨਾ ਉਦੋਂ ਤੁਸੀਂ ਕਹਿ ਲੋ ਕਿ ਡਰ ਪੈ ਗਿਆ ਮੈਂ ਕਿ ਯਾਰ ਇਹ ਕੋਈ ਨਾ ਦੋ ਨਹੀਂ ਬਲਕਿ ਤਿੰਨ ਚਾਰ ਪੰਜ 6 ਨੰਬਰ ਕੰਮ ਕਿਉਂਕਿ ਤੋਂਨੋਗਰ ਯਾਦ ਹੋਵੇ ਅ ਮੈਂ ਥੋੜੀ ਦੇਰ ਪਹਿਲਾਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਜਦੋਂ ਮੈਨੂੰ ਜੌਬ ਡਿਸਕਰਾਇਬ ਕੀਤੀ ਨਾ ਕਿ ਤੇਰੀ ਜੌਬ ਕੀ ਹੈ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਾਡੇ ਕਸਟਮਰ ਤੈਨੂੰ ਪੈਸੇ ਭੇਜਣਗੇ ਤੇ ਤੂੰ ਸਾਡੇ ਨਿਊਯਾਰਕ ਦੇ ਅਕਾਊਂਟ ਦੇ ਵਿੱਚ ਭੇਜਨੇ ਆ ਜਦੋਂ ਚੈੱਕ ਆ ਗਿਆ ਉਦੋਂ ਈਮੇਲ ਆਈ ਉਸ ਈਮੇਲ ਦੇ ਵਿੱਚ ਕਹਿੰਦੇ ਕਿ ਜਨਾਬ ਤੂੰ ਇੱਕ ਮਨੀਲਾ ਭੇਜ ਦੇ ਕਿਸੇ ਨੂੰ ਇੱਕ ਪਤਾ ਨਹੀਂ ਥਾਈਲੈਂਡ ਕਿਸੇ ਨੂੰ ਭੇਜ ਦੇ ਮੈਂ ਉੱਥੇ ਪਰੇਸ਼ਾਨ ਹੋਇਆ ਮੈਂ ਕਿ ਯਾਰ ਆ ਕੋਈ ਨਾ ਦੋ ਨੰਬਰ ਕਮ ਫਿਰ ਤੋ ਮੇਰੇ ਜ਼ਿਹਨ 'ਚ ਇਹ ਗੱਲ ਖਟਕੀ ਨਾ ਕਿ ਇਹ ਦੋ ਨੰਬਰ ਕਮ ਹੈ ਫਿਰ ਮੈਂ ਗੌਰ ਕਲੂ ਲੱਭਣੇ ਸ਼ੁਰੂ ਕਰਤੇ ਕਿ ਜਿਹੜੇ ਨਾ ਮੇਰੇ ਇਸ ਤੁਸੀਂ ਕਹਿ ਲੋ ਕਿ ਆਈਡੀਏ ਨੂੰ ਪੱਕਾ ਸਾਬਤ ਕਰ ਸਕਣ ਮਿਸਾਲ ਦੇ ਤੌਰ ਤੇ ਮੈਂ ਚੈੱਕ ਨੂੰ ਗੌਰ ਨਾਲ ਦੇਖਿਆ ਚੈੱਕ ਲੇਜੀਟਿਮੇਟ ਚੈੱਕ ਐਚਐਸਬੀਸੀ ਦੀ ਕੰਪਨੀ ਦਾ ਐਚਐਸਬੀਸੀ ਬੈਂਕ ਦਾ ਔਰ ਕਿਸੇ ਕੰਪਨੀ ਦਾ ਚੈੱਕ ਕਿਸੇ ਪਰਸਨਲ ਬੰਦੇ ਦਾ ਨਹੀਂ ਕਿਸੇ ਕੰਪਨੀ ਦਾ ਚੈੱਕ ਸੀਗਾ ਔਰ ਜਿੱਥੇ ਚੈੱਕ ਦੇ ਥੱਲੇ ਸਾਈਨ ਹੁੰਦੇ ਆ ਨਾ ਉਹ ਸਾਈਨ ਮੈਂ ਗੌਰ ਨਾਲ ਵੇਖਿਆ ਤੇ ਉਹ ਪ੍ਰਿੰਟ ਹੋਏ ਹੋਏ ਸੀਗੇ ਸਾਈਨ ਉਹ ਕਿਸੇ ਨੇ ਪੈਨ ਦੇ ਨਾਲ ਨਹੀਂ ਸੀ ਕੀਤੇ ਹੋਏ ਤੁਸੀਂ ਦੇਖੋ ਨਾ ਪੈਨ ਦੇ ਨਾਲ ਕੋਈ ਜਿੰਨਾ ਵੀ ਸੌਫਟਲੀ ਲਿਖੇ ਤੇ ਪੇਪਰ ਦੇ ਦੂਸਰੇ ਸਾਈਡ ਤੋਂ ਥੋੜਾ ਅਕਸ ਬਣਦਾ ਉਹਦਾ ਇਮੇਜ ਬਣਦਾ ਐਸੀ ਕੋਈ ਚੀਜ਼ ਨਹੀਂ ਸੀ ਹੈ ਕਿ ਉੱਤੋਂ ਉੱਤਰ ਪੇਪਰ ਫਰੰਟ ਤੋਂ ਵੀ ਪਲੇਨ ਪਿੱਛੋਂ ਵੀ ਪਲੇਨ ਸਾਫ਼ ਲੱਗਿਆ ਕਿ ਯਾਰ ਇਹ ਤਾਂ ਕੀ ਕਹਿੰਦੇ ਆ ਪ੍ਰਿੰਟ ਹੋਇਆ ਹੋਇਆ ਹੁਣ ਜਦੋਂ ਮੈਂ ਇੱਥੇ ਤੱਕ ਪਹੁੰਚ ਗਿਆ ਨਾ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਮੈਂ ਕਿ ਇਹ ਹੋ ਕੀ ਸਕਦਾ ਕਿ ਡਰਾਮਾ ਕੀ ਕਰ ਰਹੇ ਨੇ ਤੇ ਮੇਰੇ ਦਿਮਾਗ ਨੇ ਇਹ ਕੰਮ ਕੀਤਾ ਕਿ ਇਹ ਲੋਕ ਨੇ ਨਾ ਜਿਹੜੇ ਜੋ ਵੀ ਫਰਾੜੀਏ ਨੇ ਇਹਨਾਂ ਨੇ ਕਿਸੇ ਕੰਪਨੀ ਦਾ ਚੈੱਕ ਚੋਰੀ ਕੀਤਾ ਸਮ ਹਾਉ ਜਿਹੜਾ ਉਸ ਬੈਂਕ ਦਾ ਸਿਗਨੇਟਰੀ ਆ ਉਹਦੇ ਸਾਈਨ ਪ੍ਰਿੰਟਰ ਦੇ ਥਰੂ ਉਸ ਚੈੱਕ ਦੇ ਉੱਤੇ ਪ੍ਰਿੰਟ ਕੀਤਾ ਪ੍ਰਿੰਟ ਕਰਕੇ ਫਿਰ ਉਹਨਾਂ ਨੇ ਐਸਾ ਕੋਈ ਬੰਦਾ ਲੱਭਿਆ ਜਿਹਦੇ ਥਰੂ ਉਹ ਚੈੱਕ ਕੈਸ਼ ਕਰਵਾ ਲੈਣ ਚਾਂਸਸ ਤਾਂ ਹੈ ਸੀਗੇ ਕਿ ਅਗਰ ਮੈਂ ਆਪਣੇ ਬੈਂਕ ਅਕਾਊਂਟਸ ਬਾਹਰ ਲੈਂਦਾ ਚੈੱਕ ਕੈਸ਼ ਹੋ ਜਾਂਦਾ ਔਰ ਉਹ ਆਪਣੇ ਪੈਸੇ ਲੈਣ ਦੇ ਮੈਂ ਵਿੱਚੋਂ 100 200 ਰੱਖ ਲੈਂਦਾ ਲੇਕਿਨ ਚਾਂਸਸ ਇਹ ਵੀ ਸੀਗੇ ਕਿ ਮੈਂ ਫੜਿਆ ਜਾਂਦਾ ਫੜਿਆ ਮੈਨੂੰ ਸੁਰਤ ਜਾਣਾ ਸੀਗਾ ਕਿ ਜਿਸ ਕੰਪਨੀ ਦਾ ਉਹ ਚੈੱਕ ਸੀਗਾ ਉਸ ਕੰਪਨੀ ਨੇ ਅਗਰ ਬੈਂਕ ਨੂੰ ਰਿਪੋਰਟ ਕਰ ਦਿੱਤਾ ਹੋਇਆ ਕਿ ਜੀ ਆਹ ਚੈੱਕ ਨੰਬਰ ਸਾਡਾ ਚੋਰੀ ਹੋ ਗਿਆ ਤਾਂ ਜੂਹੀ ਮੈਂ ਆਪਣੇ ਬੈਂਕ ਦੇ ਵਿੱਚ ਜਮਾ ਕਰਾਉਣਾ ਸੀ ਚੈੱਕ ਤੇ ਮੇਰੇ ਬੈਂਕ ਨੇ ਭੇਜਿਆ ਸੀ ਐਚਐਸਬੀਸੀ ਐਚਐਸਬੀਸੀ ਨੇ ਕਿਹਾ ਸੀ ਇਹ ਬੰਦਾ ਫੜ ਲਓ ਤੇ ਚੈੱਕ ਵੀ ਰੋਕ ਲਓ ਤੇ ਪੁਲਸਾ ਦੇ ਲਓ ਹੁਣ ਜਮ ਇਨੀਆਂ ਗੱਲਾਂ ਮੇਰੇ ਜ਼ਿਹਨ ਚ ਆਈਆਂ ਲੇਕਿਨ ਤੁਹਾਨੂੰ ਪਤਾ ਹੀ ਤਾਂ ਬੰਦਾ ਜ਼ਰੂਰਤਮੰਦ ਹੁੰਦਾ ਬੰਦਾ ਕਹਿੰਦਾ ਯਾਰ ਸ਼ਾਇਦ ਇਹ ਠੀਕ ਹੀ ਹੋਵੇ ਸ਼ਾਇਦ ਹੀ ਠੀਕ ਹੀ ਹੋਵੇ ਤੇ ਮੈਂ ਨਾ ਇੱਕ ਉਕਾਵਤ ਹੈ ਕਿ ਇਸਤਖਾਰਾ ਕਰਨ ਵਾਲਾ ਔਰ مشورہ ਕਰਨ ਵਾਲਾ ਕਦੇ ਧੋਖਾ ਨਹੀਂ ਉਠਾਉਂਦੇ ਹੁਣ ਬਹੁਤਾ ਤਾਂ ਮੇਰਾ ਦਿਲ ਸੀਗਾ ਕਿ ਯਾਰੇ ਫਰਾਡ ਆ ਮੈਂ ਇਸ ਤੋਂ ਬਚਾਂ ਜੇ ਇਹਦੇ ਵਿੱਚ ਮੈਂ ਆਪਣਾ ਮਤਲਬ ਆਪਣੇ ਆਪ ਨੂੰ ਇਨਵੋਲਵ ਕੀਤਾ ਨਾ ਤਾਂ ਮੈਂ ਬਹੁਤ ਬੜੀ ਮੁਸ਼ਕਿਲ ਵਿੱਚ ਫਸ ਜਾਗਾ ਤੇ ਥੋੜਾ ਜਿਆਦਾ ਮੇਰੇ ਦੇਲੇ ਵੀ ਸੀਗਾ ਕਿ ਯਾਰ ਹੋ ਸਕਦਾ ਠੀਕ ਹੀ ਹੋਵੇ ਇਹ ਚਾਰ ਪੈਸੇ ਲੱਭ ਜਾਣਗੇ ਮੈਂ ਇੱਕ ਦੋਸਤ ਮੇਰੇ ਹੁੰਦੇ ਸੀਗੇ ਅ ਮਤਲਬ ਜਿਨ੍ਹਾਂ ਕੋਲ ਮੈਂ ਆਇਆ ਸੀ ਕਈ ਤੋਂ ਮੈਂ ਯੂਕੇ ਆਇਆ ਸੀਗਾ ਉਹ ਮਤਲਬ ਕੁਝ ਪਾਕਿਸਤਾਨੀ ਦੋਸਤ ਆ ਵਾਪਸੀ ਹੁਣ ਵੀ ਮਾਸ਼ਾਅੱਲਾ ਦੋਸਤ ਨੇ ਉਹਨਾਂ ਦੇ ਕੋਲ ਨਾ ਮੈਂ ਸਾਰਾ ਮੁੱਦਾ ਬਿਆਨ ਕੀਤਾ ਮੈਂ ਕਿਹਾ ਐਦਾਂ ਐਦਾਂ ਮੇਨੂੰ ਕੋ ਗੱਲ ਹੋਈ ਐ ਤੇ ਮੈਨੂੰ ਨਾ ਐਦਾਂ ਚੈੱਕ ਆਇਆ ਤੇ ਤੁਸੀਂ ਕੀ ਕਹਿੰਦੇ ਹੋ ਉਹਨਾਂ ਤੋਂ ਮਤਲਬ ਮੈਨੂੰ ਯਾਦ ਆ ਇੱਕ ਦੋਸਤ ਨੇ ਮੈਨੂੰ ਕਿਹਾ ਕਹਿੰਦਾ ਮੁਜ਼ਫਰ ਇੱਥੇ ਕੋ ਬੰਦਾ ਕਿਸੇ ਨੂੰ ਆਪਣਾ ਬੁਖਾਰ ਨਹੀਂ ਦਿੰਦਾ ਤੇ ਤੈਨੂੰ 3000 ਪਾਉਂ ਦਾ ਚੈੱਕ ਕਿਵੇਂ ਭੇਜਦਾ ਉਹਨਾਂ ਨੇ ਕਹਿੰਦਾ ਮੈਂ ਮੈਂ ਨਹੀਂ ਐਕਸਪਲੇਨ ਕਰ ਸਕਦਾ ਕਿ ਕਿੱਦਾਂ ਦੋ ਨੰਬਰ ਆ ਲੇਕਿਨ ਇਹ ਫਰਾਡ ਆ ਤੂੰ ਫਸੇਗਾ ਤੂੰ ਜੇ ਚੈੱਕ ਜਮਾ ਕਰਾਤਾ ਤੇ ਤੇਰੀ ਰਕੀ ਨਾ ਕਢਾ ਲੈਣੀ ਪੁਲਿਸ ਨੇ ਬੈਂਕ ਨੇ ਵੀ ਧਰ ਲੈਣਾ ਤੁਹਾਨੂੰ ਪੁਲਿਸ ਨੇ ਵੀ ਧਰ ਲੈਣਾ ਕਹਿੰਦਾ ਮੈਨੂੰ ਨਹੀਂ ਪਤਾ ਵੀ ਇਹ ਕਿੱਦਾਂ ਦੋ ਨੰਬਰ ਆ ਬਟ ਇਹ 2 3 4 5 6 ਨੰਬਰ ਕਿਸਮ ਦਾ ਫਰਾਡ ਆ ਆਪਣੇ ਆਪ ਨੂੰ ਬਚਾ ਜਤੋਂ ਜਿੰਨਾ ਜਨਾਬ ਹੁਣ ਇਹ ਵਾਕਿਆ ਹੋਇਆ ਮੈਨੂੰ ਇੱਕ ਕਿਸਮ ਦਾ ਮੇਰਾ ਆਪਣਾ ਵੀ ਬਹੁਤ ਦਿਲ ਸੀਗਾ ਕਿ ਫਰਾਡ ਆ ਮੈਂ ਬਚਾਂ ਜਤੋਂ ਤੇ ਜਿੱਦੋਂ ਮੈਨੂੰ ਇੱਕ ਦੂਸਰੇ ਬੰਦੇ ਤੋਂ ਵੀ অথেন্টিਕੇਸ਼ਨ ਮਿਲ ਗਈ ਨਾ ਕਿ ਯਾਰ ਫਰਾਡ ਹੈ ਉਹ ਤਫਾ ਕਰ ਜਾਂਚੜਾਇਤੋਂ ਤੇ ਮੈਂ ਨਾ ਉਹਨਾਂ ਨੂੰ ਈਮੇਲ ਕੀਤੀ ਮੈਂ ਕਿਹਾ ਜੀ ਤੁਹਾਡੀ ਬੜੀ ਮਿਹਰਬਾਨੀ ਮੈਨੂੰ ਚੈੱਕ ਮਿਲ ਗਿਆ ਤੁਹਾਡਾ ਲੇਕਿਨ ਨਾ ਮੇਰਾ ਇਹ ਖਿਆਲ ਆ ਕਿ ਇਹ ਚੈੱਕ ਚੋਰੀ ਦਾ ਹੈ ਤੁਸੀਂ ਕਿਧਰੋਂ ਚੈੱਕ ਚੋਰੀ ਕੀਤਾ ਤੇ ਤੁਸੀਂ ਆਪਣਾ ਨਾ ਮੈਨੂੰ ਰਿਟਰਨ ਐਡਰੈਸ ਦੱਸੋ ਤਾਂ ਕਿ ਮੈਂ ਚੈੱਕ ਥਰੂ ਵਾਪਸ ਭੇਜ ਸਕਾਂ ਅੱਛਾ ਇਸ ਟਾਈਮ ਤੱਕ ਨਾ ਜਿੰਨੀ ਮੇਰੀ ਉਹਨਾਂ ਨਾਲ ਕਮਿਊਨੀਕੇਸ਼ਨ ਹੋਈ ਸਿਰਫ ਈਮੇਲ ਤੇ ਹੋਈ ਜਿਹੜਾ ਲੈਟਰ ਉਹਨਾਂ ਵੱਲੋਂ ਆਇਆ ਉਹਦੇ ਤੇ ਕੋਈ ਰਿਟਰਨ ਐਡਰੈਸ ਨਹੀਂ ਸੀ ਆਇਆ ਇਸ ਲਈ ਮੈਂ ਉਹਨਾਂ ਕਹਾਂ ਕਿ ਮਿਹਰਬਾਨੀ ਕਰੋ ਮੈਨੂੰ ਨਾ ਤੁਸੀਂ ਰਿਟਰਨ ਐਡਰੈਸ ਭੇਜੋ ਤਾਂ ਕਿ ਮੈਂ ਤੁਹਾਡਾ ਟੈਕ ਤੁਹਾਨੂੰ ਭੇਜ ਦਵਾਂ ਲਓ ਜੀ ਉਹ ਦਿਨ ਆ ਤੇ ਅੱਜ ਦਾ ਦਿਨ ਉਹਨਾਂ ਲੋ ਕੋਈ ਰਿਪਲਾਈ ਨਹੀਂ ਆਈ ਉਹ ਚੈੱਕ ਜੀ ਨਾਮ ਮੈਨੂੰ ਕੋ ਪਤਾ ਨਹੀਂ ਕਿੰਨੇ ਸਾਲ ਪਿਆ ਰਿਆ ਫਿਰ ਮੈਂ ਉਹੀ ਸਟੋਰੀ ਕਿਹਨੂੰ ਸੁਣਾਇਓ ਬੰਦਾ ਕਹਿੰਦਾ ਮੈਂ ਬੜਾ ਫਨਕਾਰ ਹਾਂ ਤੂੰ ਮੈਨੂੰ ਦੇ ਦੇ ਮੈਂ ਕੈਸ਼ ਕਰਾ ਲਵਾਂ ਮੈਂ ਉਹਨੂੰ ਦੇ ਦਿੱਤਾ ਮੈਨੂੰ ਨਹੀਂ ਪਤਾ ਉਸ ਚੈੱਕ ਦੇ ਨਾਲ ਫਿਰ ਬਾਅਦ ਚ ਕੀ ਹੋਇਆ ਫਿਰ ਜਦੋਂ ਫਾਈਨਲੀ ਮੇਰੀ ਜੌਬ ਹੋਈ ਨਾ ਮੇਰੀ ਪਹਿਲੀ ਜੌਬ ਹੋਈ ਸੀ ਕਿ ਇਹ ਕਲੋਥਿੰਗ ਕੰਪਨੀ ਦੇ ਵਿੱਚ ਇੱਕ ਰੈਫਰੈਂਸ ਦੇ ਥਰੂ ਹੋ ਉਹਨਾਂ ਦੇ ਤਫੈਲ ਮੈਨੂੰ ਉੱਥੇ ਨੌਕਰੀ ਮਿਲ ਨਾ ਬੜਾ ਅਸਰ ਤੇ ਕੰਮ ਕੀਤਾ ਅਲਹਮਦੁਲਿਲਾ ਬੜਾ ਹੋ ਮਤਲਬ ਔਖੇ ਵੇਲੇ ਚ ਅੱਲਾ ਨੇ ਰਹਿਮਤ ਕੀਤੀ ਸੀ ਤੇ ਅਲਹਮਦੁਲਿਲਾ ਮੈਂ ਜੀ ਅੱਲਾ ਸ਼ੁਕਰ ਦਾ ਕਰਦਾ ਉੱਥੇ ਮੇਰੀ ਨਵ ਨੌਕਰੀ ਸ਼ੁਰੂ ਹੋ ਗਈ ਤੇ ਜ਼ਾਹਿਰ ਅਜਦੁੱਦ ਸੀ ਜਿਹੜੇ ਕੰਮ ਸ਼ੁਰੂ ਕਰ ਲੈਨੇ ਹੋ ਥੋਡੇ ਉੱਥੇ ਕੰਮ ਕਰਨ ਵਾਲੇ ਜਿਹੜੇ ਹੋਰ ਯਾਰ ਦੋਸਤ ਹੁੰਦੇ ਆ ਉਹਨਾਂ ਨੂੰ ਥੋੜੀ ਸਲਾਮ ਦੋ ਹੁੰਦੀ ਆ ਦੋਸਤੀਆਂ ਯਾਰੀਆਂ ਡਿਵੈਲਪ ਹੋ ਜਾਂਦੀਆਂ ਤਕਰੀਬਨ ਸਾਲ ਡੇਢ ਦਾ ਵਾਕਿਆ ਗੁਜ਼ਰਿਆ ਹੁਣ ਤੇ ਮੇਰਾ ਇੱਕ ਉੱਥੇ ਦੋਸਤ ਹੁੰਦਾ ਸੀ ਉਹ ਨਾ ਮਾਂਚੈਸਟਰ ਜਾਂਦਾ ਸੀਗਾ 올ਡਮ ਤੋਂ ਮਾਂਚੈਸਟਰ ਜਾਂਦਾ ਸੀਗਾ ਕੰਮ ਫਿਨਿਸ਼ ਕਰਕੇ ਨਾ ਉਹਨੇ ਮਾਂਚੈਸਟਰ ਆਪਣੇ ਘਰ ਜਾਣਾ ਸੀਗਾ ਤੇ ਮੈਨੂੰ ਕਿਸੇ ਸਿਲਸਿਲੇ ਦੇ ਨਾ ਮੈਨੂੰ ਕਿਸੇ ਕੰਮ ਦੇ ਸਿਲਸਿਲੇ 'ਚ ਮਾਂਚੈਸਟਰ ਜਾਣਾ ਪੈ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਉਹ ਤੇ ਕਾਰ ਹੁੰਦੀ ਸੀ ਮੈਂ ਕਿਹਾ ਯਾਰ ਤੂੰ ਮੈਨੂੰ ਮਾਂਚੈਸਟਰ ਡ੍ਰੌਪ ਕਰ ਦਵੇਂ ਜੇ ਬੜੀ ਮਿਹਰਬਾਨੀ ਉਹ ਕਹਿੰਦਾ ਨੋ ਪ੍ਰੋਬਲਮ ਮੈਂ ਜਦ ਮੈਂ ਤਾਂ ਘਰ ਜਾਣਾ ਹੀ ਆ ਜਾ ਤੂੰ ਹੀ ਉਹ ਜਦ ਹੁਣ ਮੈਂ ਗੱਡੀ 'ਚ ਜਦ ਬਹਿ ਗਿਆ ਤੇ ਨਾ ਉਹ ਗੱਲਾਂ ਸ਼ੁਰੂ ਹੋ ਗਈਆਂ ਇੱਧਰ ਉੱਧਰ ਦੀਆਂ ਇਹ ਕੋ ਫਲਾ ਟੀਮ ਉਹਨੇ ਮੈਨੂੰ વાਕਿਆ ਸੁਣਾਇਆ ਕਹਿੰਦਾ ਯਾਰ ਹਫਤਾ ਪਹਿਲੇ ਮੇਰੇ ਇੱਕ ਕਹਿੰਦਾ ਯਾਰ ਉਹ ਆਇਆ ਨਮਾ ਨਮਾ ਆਇਆ ਆ ਤੇ ਨੌਕਰੀ ਨੌਕਰੀ ਲੱਭਦਾ ਫਿਰਦਾ ਸੀਗਾ ਉਹ ਗਮ ਟਰੀ ਇਹ ਕਹਿੰਦਾ ਵੈਬਸਾਈਟ ਆ ਉੱਥੇ ਜਾ ਕੇ ਨਾ ਉਹਨੇ ਕੋਈ ਨੌਕਰੀ ਵਗੈਰਾ ਦੇਖੀ ਆ ਨੌਕਰੀ ਤੇ ਅਪਲਾਈ ਕਰਤੀ ਉਹ ਨੌਕਰੀ ਦਾ ਜਵਾਬ ਆ ਗਿਆ ਉਹਨਾਂ ਨੂੰ ਉਹ ਕਹਿੰਦੇ ਤੁਹਾਨੂੰ ਅਸੀਂ ਰੱਖਣਾ ਆ ਤੇ ਕੰਮ ਇਹ ਆ ਵੀ ਤੂੰ ਨਾ ਸਾਡਾ ਕਲੈਕਟਰ ਸਾਡੇ ਕਸਟਮਰ ਤੁਹਾਨੂੰ ਪੈਸੇ ਭੇਜਣਗੇ ਤੇ ਤੂੰ ਉਹ ਪੈਸੇ ਨਾ ਕੈਸ਼ ਕਰਾ ਕੇ ਬਲਕਿ ਤੂੰ ਉਹ ਪੈਸੇ ਨਾ ਸਾਡੇ ਬੈਂਕ ਚ ਟ੍ਰਾਂਸਫਰ ਕਰਨੀ ਆ ਤੇ ਤੇਰੀ ਇੰਨੀ ਤਨਖਾਹ ਕਹਿੰਦਾ ਜਨਾਬ ਉਹਨੇ ਹਾਂ ਵੀ ਭਰ ਲਈ ਦੋ ਇੱਕ ਦਿਨ ਗੁਜ਼ਰੇ ਇੱਕ ਕਹਿੰਦਾ ਚੈੱਕ ਆ ਗਿਆ ਤੇ پتہ ਨਹੀਂ 1500 ਦੱਕ ਕਿੰਨੇ 2000 ਦਾ ਕਹਿੰਦਾ ਉਹ ਨੇ ਚੈੱਕ ਹੰਸੀ ਖੁਸੀ ਬੈਂਕ ਜਮਾ ਕਰਾਤਾ ਉਹ ਬੈਂਕ ਜਮਾ ਕਰਾ ਕੇ ਆਇਆ ਤੇ ਅਗਲੇ ਦਿਨ ਬੈਂਕ ਕੋ ਫੋਨ ਆ ਗਿਆ ਕਿ ਜਨਾਬ ਜਰਾ ਤਸ਼ਰੀਹ ਲਿਆ ਬੈਂਕ ਕਹਿੰਦਾ ਉਹ ਬੈਂਕ ਪਹੁੰਚ ਜਾ ਤੇ ਉਥੇ ਨਾਲ ਪੁਲਿਸ ਵੀ ਬੈਠੀ ਹੋਈ ਹੋਵੇ ਇੰਤਜ਼ਾਰ ਦੇ ਵਿੱਚ ਤੇ بڑا ਜਨਾਬ ਉਥੇ ਕਾਰਵਾਈਆਂ ਸ਼ੁਰੂ ਹੋ ਗਈਆਂ ਲੌਂਗ ਸਟੋਰੀ ਸ਼ਾਰਟ ਕਹਿੰਦਾ ਜੀ ਉਸ ਬੈਂਕ ਨੇ ਉਹਦਾ ਅਕਾਊਂਟ ਵੀ ਬੰਦ ਕਰਤਾ ਪੁਲਿਸ ਦੇ ਰਿਕਾਰਡ ਤੇ ਵੀ ਆ ਗਿਆ ਪੁਲਿਸ ਨੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹਨੇ ਕੋ ਉਤਰਲਾ ਮੰਤਾਂ ਕੀਤੀਆਂ ਕੋਈ ਈਮੇਲ ਦਾ ਪ੍ਰੂਫ ਦਿਖਾਇਆ ਆਪਣੀ ਜਿਹੜੀ ਜੋਬ ਐਪਲੀਕੇਸ਼ਨ ਭੇਜੀ ਸੀ ਗਮ ਟਰੀ ਦੇ ਥਰੂ ਉਹ ਵਿਖਾਈ ਉਹਨੇ ਸਾਰਾ ਮਤਲਬ ਪ੍ਰੂਫ ਦਿਖਾਇਆ ਤੇ ਉਹਦੀ ਇੰਨੀ ਕਿ ਜਾਨ ਬਚ ਗਈ ਕਿ ਪੁਲਿਸ ਨੇ ਉਹਨੂੰ ਅਰੈਸਟ ਨਹੀਂ ਕੀਤਾ ਲੇਕਿਨ ਪੁਲਿਸ ਦੇ ਰਿਕਾਰਡ ਦੇ ਉੱਤੇ ਆ ਗਿਆ ਆਪਣਾ ਅਕਾਊਂਟ ਗਵਾ ਬੈਠਾ ਔਰ ਹੋਰ ਪਤਾ ਨਹੀਂ ਬਾਅਦ ਕਿੰਨਾ ਜ਼ਲੀਲ ਹੋਇਆ ਹੋਣਾ ਅਸਤਾ ਜ਼ਾਹਰ ਹੁਣ ਨਹੀਂ ਪਤਾ ਸਾਨੂੰ ਤੇ ਮਕਸਦ ਹੁਣ ਗੱਲ ਕਰਨ ਦਾ ਇਹ ਹੈ ਕਿ ਈਜ਼ੀ ਮਨੀ ਜਿਹੜੀ ਹੁੰਦੀ ਹੈ ਨਾ ਇਹ ਮੋਸਟ ਲਾਈਕਲੀ ਫਰਾਡ ਹੀ ਹੁੰਦਾ ਹੈ ਹੁਣ ਤੁਸੀਂ ਦੇਖੋ ਅਗਰ ਮੈਂ ਉੱਥੇ ਹਾਂ ਵੀ ਭਰ ਲੈਂਦਾ ਕਿ ਠੀਕ ਆ ਕੋਈ ਮਸਲਾ ਨਹੀਂ ਯਾਰ ਤੂੰ 3000 ਦਾ ਮੈਨੂੰ ਚੈੱਕ ਭੇਜਿਆ ਔਰ 300 ਮੇਰਾ ਆ 10% ਹਿਸਾਬ ਲਾ ਲ ਮੈਨੂੰ ਨਹੀਂ ਆ ਤੁਹਾਨੂੰ ਕਿੰਨਾ ਸੀ ਮੈਂ ਉਸ 10% ਦੇ ਚਸਕੇ ਦੇ ਵਿੱਚ ਕਰਾ ਦਿੰਦਾ ਤੇ ਮੇਰੀ ਲਾਈਫ ਹੀ ਸਾਰੀ ਤਬਾਹ ਹੋ ਜਾਣੀ ਸੀ ਨਾ ਮੈਂ ਜਨਾਬ ਕਿਸੇ ਨੂੰ ਮੂੰਹ ਦਿਖਾਉਣ ਜਾਊਗਾ ਨਾ ਜਨਾਬ ਪੁਲਿਸ ਦੇ ਰਿਕਾਰਡ ਤੋਂ ਨਿਕਲਣ ਜਾਊਗਾ ਬੈਂਕ ਅਕਾਊਂਟ ਵੀ ਜਾਂਦਾ ਰਹਿਣਾ ਸੀ ਬੈਂਕ ਅਕਾਊਂਟ ਜਾਵੇ ਤਾਂ ਤੁਹਾਨੂੰ ਤੇ ਨੌਕਰੀ ਤੇ ਕੋਈ ਨਹੀਂ ਰੱਖਦਾ ਕਿਉਂਕਿ ਨੌਕਰੀ ਵਾਲਿਆਂ ਨੇ ਤਨਖਾਹ ਭੇਜਣੀ ਹੁੰਦੀ ਆ ਮਤਲਬ ਬਹੁਤ ਸਾਰੇ ਸਿਆਪੇ ਖੜੇ ਹੋ ਜਾਂਦੇ ਇਹ ਵਨ ਆਫ ਦਾ ਸਟੋਰੀ ਸੀ ਵਨ ਆਫ ਦਾ ਵਾਕਿਆ ਵਨ ਆਫ ਦਾ ਇਨਸੀਡੈਂਟ ਤੁਸੀਂ ਕਹਿ ਲਓ ਜਿਹੜਾ ਮੇਰੇ ਨਾਲ ਪੇਸ਼ ਆਇਆ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਕੁਝ ਮੇਰੇ ਨਾਲ ਪੇਸ਼ ਆਈਆਂ ਕੁਝ ਮੇਰੇ ਯਾਰਾਂ ਦੋਸਤਾਂ ਨਾਲ ਪੇਸ਼ ਆਈਆਂ ਉਹ ਹੁਣ ਵਕਤਨ ਵਕਤਨ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੇਰਾ ਮਤਲਬ ਦਿਲ ਚ ਆਇਆ ਕਿਉਂਕਿ ਨਾ ਇਹ ਐਸੀ ਚੀਜ਼ ਆ ਕਿ ਲੋਕ ਜਿਹੜੇ ਨਾ ਫਰਾਡਸਟਰ ਇਹ ਫਰਾੜੀਆ ਜਿਹੜੇ ਨਵੀਂ ਤੋਂ ਨਵੀਂ ਟੈਕਨੀਕ ਕੱਢ ਕੇ ਲਿਆਉਂਦੇ ਨੇ ਲੋਕਾਂ ਨੂੰ ਧੋਖਾ ਦੇਣ ਦੀ ਲੋਕਾਂ ਨੂੰ ਚਾਂਸਾ ਦੇਣ ਦੀ ਸਾਡੇ ਰਿਹਾ ਜਿਹੜੇ ਸਿੱਦੇ ਸਾਡੇ ਬੰਦੇ ਨੇ ਉਹ ਐਵੇਂ ਬਿਲਾ ਵਜਾ ਇਹਨਾਂ ਦਿਨਾਂ ਵਿੱਚ ਫਸ ਜਾਂਦੇ ਨੇ ਤੇ ਤੇ ਮੈਂ ਸੋਚਿਆ ਕਿ ਚਲੋ ਜਿੰਨੇ ਮੇਰੇ ਐਕਸਪੀਰੀਐਂਸਸ ਹੈ ਨੇ ਮੇਰੇ ਨਾਲ ਹੋਏ ਨੇ ਜਾਂ ਮੈਂ ਸੁਨੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਕਲੈਕਟਿਵਲੀ ਅਸੀਂ ਇੱਕ ਨੌਲਜ ਬੇਸ ਬਣਾ ਕੇ ਇਹ ਜਿਹੜੇ ਫਰਾਡਸਟਰ ਨੇ ਇਹਨਾਂ ਦੇ ਅਗੇਂਸਟ ਆਪਣੇ ਆਪ ਨੂੰ ਮਹਿਫੂਜ਼ ਕਰ ਸਕੀਏ ਅਗਰ ਵੀਡੀਓ ਪਸੰਦ ਆਈ ਆ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਔਰ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਟ ਮੀਨਸ ਅ ਲੋਟ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੁਹਾਡਾ ਮੁਲਾਕਾਤ ਹੋਗੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਅੱਲਾ ਹਾਫਿਜ਼